80 ਪਲੱਸ ਆਰਟਿਸਟ ਇਹਨੇ ਇਸ ਪੇ ਕੰਮ ਕੀਆ। ਅੱਛਾ, ਘਰ ਆ ਜਾਏਗਾ ਸਭ ਆਰਟਿਸਟ? ਮੰਮੀ ਪਾਪਾ ਦਾ ਵੀ ਰੋਲ ਹੈ? ਨਹੀਂ, ਮੰਮੀ ਪਾਪਾ ਨੇ ਸਿਰਫ ਪ੍ਰੋਡਿਊਸ ਕੀਆ, ਕਿਉਂਕਿ ਤੇ ਲੈ ਲੈਣਾ ਹਨਾ ਹੁਣੀ ਵੀ ਘਰ ਆਈ ਹੈ ਟੀਮ ਹੋਈ। ਐਕਚੁਅਲੀ ਜੀਆਂ ਕੀ ਖੁਆਇਸ਼ ਨੇ ਆਖਿਆ ਕਿ ਫੈਮਿਲੀ ਦੇ ਬਿਨਾ ਕੁਝ ਨਹੀਂ ਹੋ ਸਕਦਾ, ਹੈਨਾ? ਤੇ ਉਹਦੀ ਉਸੇ ਸਪੋਰਟ ਹੀ ਉਹਦੇ ਪੇਰੈਂਟਸ ਦੀ, ਉਹਦੇ ਮਾਤਾ ਪਿਤਾ ਦੀ, ਤੇ ਮੀਗੀ ਜਿਹੜੀ ਸਪੋਰਟ ਮਿਲੀ ਉਹ ਮਿਲੀ ਮੇਰੇ ਫਾਦਰ ਇਨ ਲਾ ਦੀ, ਮਦਰ ਇਨ ਲਾ ਦੀ ਤੇ ਮੇਰੇ ਹਸਬੈਂਡ ਦੀ। ਉਹਨੇ ਮੀ ਸਪੋਰਟ ਕੀਤਾ ਤੇ 4 ਦਿਨਾਂ ਦਾ ਮੈਂ ਸ਼ੂਟ ਕਰੀ ਸਕੀ। ਮੇਰਾ ਲੋਕਾ ਜਾਗਤ ਵੀ ਹੈ, ਉਸੇ ਛੋੜੀਏ ਮੈਂ 4 ਦਿਨਾਂ ਦੇ ਸ਼ੂਟ ਕਰੀ ਆਈ। ਪਰ ਖੁਆਇਸ਼ ਗੁਪਤਾ ਪ੍ਰੋਡਕਸ਼ਨ ਦਾ ਅੱਜ ਸ਼ੁਕਰਾਨਾ ਸਤਿਗੁਰੂ ਜੀ ਦਾ ਟੀਜ਼ਰ ਜਿਹੜਾ ਹੈ ਉਹ ਰਿਲੀਜ਼ ਹੋਇਆ ਹੈ। ਮੇਰੇ ਕੰਨੇ ਪੂਰੀ ਟੀਮ ਖੜੋਤੀ ਦੀ ਹੈ, ਖੁਆਇਸ਼ ਗੁਪਤਾ ਔਰ ਮੇਰੇ ਕੰਨੇ। ਅੱਛਾ ਖੁਆਇਸ਼, ਮੈਂ ਇਹ ਦੱਸੋ ਕਿ ਤੁਹਾਡਾ ਇਹ ਪਹਿਲਾ ਗੀਤ ਹੈ? ਨਹੀਂ ਸਰ, ਪਹਿਲੇ ਤੋਂ ਆਪਣੇ ਚੈਨਲ ਆਪਣਾ ਥੈਂਕਸ, ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। ਨਹੀਂ ਸਰ, ਮੈਂ ਪਹਿਲੇ ਕੇ ਕੁਝ ਸੌਂਗਸ ਕਰ ਚੁੱਕੀ ਹੂੰ, 50 ਪਲੱਸ ਸੌਂਗਸ ਕਰ ਚੁੱਕੀ ਹੂੰ। ਅੱਛਾ, 50 ਕਰੀ ਹੋਏ ਦਿਨ? ਹਾਂਜੀ ਸਰ, ਮੁਝੇ 4 ਈਅਰਸ ਹੋ ਗਏ ਇਸ ਫੀਲਡ ਮੇਂ, ਔਰ ਮੈਂ ਬਾਹਰ ਕੇ ਵੀ ਪੰਜਾਬ ਇੰਡਸਟਰੀ ਕੇ ਵੀ ਗਾਣੇ ਕੀਏ, ਜੰਮੂ ਕੇ ਡੋਗਰੀ ਗਾਣੇ ਵੀ ਕੀਏ, ਸ਼ਾਰਟ ਮੂਵੀਜ਼ ਵੀ ਕੀ, ਬਾਲੀਵੁੱਡ ਮੂਵੀਜ਼ ਵੀ ਕੀ, ਸਾਊਥ ਮੂਵੀਜ਼ ਵੀ ਕੀ, ਔਰ ਉਸ ਕੇ ਬਾਅਦ ਆਪਣਾ ਪ੍ਰੋਡਕਸ਼ਨ ਹਾਊਸ ਵੀ ਓਪਨ ਕੀਆ। ਕੁਪ੍ਰਥਾ ਮੂਵੀ ਰਿਲੀਜ਼ ਕੀ, ਜੰਮੂ ਸੇ ਬੜਾ ਪਿਆਰ ਮਿਲਾ, ਦਹੇਜ ਪ੍ਰਥਾ ਪੇ ਮੂਵੀ ਥੀ। 9 ਮਈ ਕੋ ਹਮਨੇ ਮਜਬੂਰੀ ਗਾਣਾ ਆਪਣਾ ਰਿਲੀਜ਼ ਕੀਆ, ਬਹੁਤ ਪਿਆਰ ਮਿਲਾ। ਅਬ 3rd ਪ੍ਰੋਜੈਕਟ ਸ਼ੁਕਰਾਨਾ ਸਤਿਗੁਰੂ ਜੀ ਕੇ, ਜੋ ਟੀਜ਼ਰ ਕੱਲ੍ਹ ਹੀ ਰਿਲੀਜ਼ ਹੋਇਆ ਹਮਾਰਾ। ਅੱਛਾ, ਇਹ ਭਜਨ ਹੈ? ਹਾਂਜੀ ਜੀ, ਡਿਵੋਸ਼ਨਲ ਸੌਂਗ ਹੈ। ਅੱਛਾ, ਇਹ ਪਹਿਲਾ ਡਿਵੋਸ਼ਨਲ ਗੀਤ ਹੈ ਜਾਂ ਇਹਦੇ ਕੋਲ ਪਹਿਲਾਂ ਵੀ ਤੁਸੀਂ ਕੋਈ? ਨਹੀਂ, ਮੇਰੇ ਲਈ ਤਾਂ ਇਹ ਪਹਿਲਾ ਹੀ ਡਿਵੋਸ਼ਨਲ ਸੌਂਗ ਹੋਗਾ ਜੋ ਮੈਂ ਖੁਦ ਕਾ ਕਰ ਰਹੀ ਹੂੰ, ਆਪਣੇ ਪ੍ਰੋਡਕਸ਼ਨ ਹਾਊਸ ਸੇ ਕਰ ਰਹੀ ਹੂੰ। ਅੱਛਾ ਜੀ, ਜੀ ਸਰ, ਜਿਵੇਂ ਤੁਸੀਂ ਆਖਿਆ ਕਿ ਤੁਸੀਂ ਮੁੰਬਈ ਜਿਹੜੀਆਂ ਫਿਲਮਾਂ ਨੇ ਉਹਦੇ 'ਚ ਵੀ ਕੰਮ ਕੀਤਾ ਤਾਂ ਕਿਹੜੀ ਕਿਹੜੀ ਫਿਲਮ? ਸਰ, ਮੈਂ ਰੂਮ ਮੂਵੀ ਕੀ ਹੈ ਮੁੰਬਈ ਕੀ, ਬਾਲੀਵੁੱਡ ਕੀ, OTT ਪਲੈਟਫਾਰਮ ਕੀ ਮੈਂ ਵੈਬ ਸੀਰੀਜ਼ ਕੀ ਹੈ, ਔਰ ਗੈਂਗਵਾਰ 84 ਕੀ ਆਪਣੇ ਜੰਮੂ ਕੀ ਮੂਵੀ, ਸਾਊਥ ਕੀ ਮੂਵੀਜ਼ ਕੀ ਹੈ ਨੇਤਾ, ਸ਼ਾਰਟ ਮੂਵੀਜ਼ ਕੀ ਹੈ ਸਾਊਥ ਕੀ, ਪੰਜਾਬ ਇੰਡਸਟਰੀ ਕੀ ਮੂਵੀਜ਼ ਕੀ ਹੈ ਸੀ ਆਰ ਆਮ, ਸ਼ਾਰਟ ਮੂਵੀਜ਼ ਗਾਣੇ ਕੀ ਹੈ ਮਾਲਵਾ ਰਿਕਾਰਡ ਸੇ, ਔਰ ਵੀ ਅੱਛੇ ਅੱਛੇ ਚੈਨਲ ਸੇ ਗਾਣੇ ਆਏ ਹੈ। ਭਜਨ ਗਾਇਦਾ ਕੁੰਡ? ਸਰ, ਐਜ਼ ਅ ਸਿੰਗਰ ਮੇਰੇ ਲਈ ਬਹੁਤ ਜ਼ਿਆਦਾ ਪ੍ਰਾਊਡ ਕਾ ਮੂਮੈਂਟ ਹੈ ਕਿ ਇਸਕੋ ਗਾਇਆ ਮੇਰੇ ਬੜੇ ਭਾਈ ਧੀਰਜ ਵਰਮਾ ਨੇ ਔਰ ਛੋਟੇ ਭਾਈ ਦਿਵੰਸ਼ ਨੇ। ਸਰ, ਇਸਕੀ ਇੱਕ ਹੋਬੀ ਥੀ ਕਿ ਇੱਕ ਡਿਵੋਸ਼ਨਲ ਸੌਂਗ ਕਰੇ, ਇਸਕਾ ਏਮ ਨਹੀਂ ਹੈ ਕਿ ਇੱਕ ਐਜ਼ ਅ ਸਿੰਗਰ ਬਨੇ ਜਾਂ ਐਜ਼ ਅ ਮਾਡਲ ਬਨੇ, ਲੇਕਿਨ ਇਸਕੀ ਇੱਕ ਹੋਬੀ ਥੀ ਕਿ ਇੱਕ ਭਜਨ ਗਾਏ ਮਾਤਾ ਰਾਣੀ ਕਾ ਜਾਂ ਗੁਰੂ ਜੀ ਕਾ। ਤੋ ਸਰ, ਜਬ ਸੇ ਮੈਂ ਇਸ ਫੀਲਡ ਮੈਂ ਆਈ ਥੀ ਨਾ, ਤੋ ਮੈਨੇ ਸਭੀ ਕੋ ਬੋਲਾ ਥਾ ਇਸਕੋ ਇੱਕ ਚਾਂਸ ਦੇਣਾ, ਚਾਂਸ ਦੇ, ਲੇਕਿਨ ਸਰ ਆਜ ਤੱਕ ਕਿਸੀ ਨੇ ਇਸਕੋ ਚਾਂਸ ਨਹੀਂ ਦੀਆ। ਤੋ ਜਬ ਇਹ ਗਾਤਾ ਥਾ ਨਾ, ਤੋ ਮੈਂ ਆਪਣੇ ਪੇਰੈਂਟਸ ਬਾਤ ਕਰਤੀ ਕਿਉਂ ਨਾ ਹਮ ਇਸਕਾ ਇੱਕ ਡਿਵੋਸ਼ਨਲ ਸੌਂਗ ਨਿਕਾਲੇ, ਤੋ ਗੁਰੂ ਜੀ ਕੀ ਬਲੈਸਿੰਗ ਸੇ ਆਜ ਹਮਨੇ ਫਾਈਨਲੀ ਕੱਲ ਹੀ ਹਮਨੇ ਇਸਕਾ ਟ੍ਰੀਜ਼ਰ ਰਿਲੀਜ਼ ਕੀਆ, ਔਰ ਧੀਰਜ ਭਈਆ ਸੋਡੀ ਭਈਆ ਕਾ ਬਹੁਤ ਸਾਥ ਰਿਹਾ। ਪੇਰੈਂਟਸ ਕੀ ਸਪੋਰਟ ਨਾ ਹਮੇਸ਼ਾ ਰਹਿਤੀ ਰਹਿਤੀ ਹੈ, ਲੇਕਿਨ ਇੱਕ ਟੀਮ ਕਾ ਸਾਥ ਹੋਣਾ ਤੋ ਸਰ ਬਹੁਤ ਕੁਛ ਮਤਲਬ ਹੋ ਸਕਦਾ, ਟੀਮ ਇੱਕ ਸਪੋਰਟਿਵ ਹੋਣੀ ਚਾਹੀਦੀ। ਮੁਝੇ ਧੀਰਜ ਭਈਆ ਸੋਡੀ ਭਈਆ ਨੇ ਇਸਕਾ ਬਹੁਤ ਸਾਥ ਦੀਆ, ਇਸਕੋ ਪ੍ਰੈਕਟਿਸ ਕਰਵਾਈ, ਪੂਰੀ ਟੀਮ ਕਾ ਬਹੁਤ ਕੋਆਪਰੇਟ ਰਹਾ ਹੈ। ਈਸ਼ਾ ਜੀ ਹੈ ਜਿਨ੍ਹਾਂ ਨੇ ਮਦਰ ਕਾ ਕਰੈਕਟਰ ਕੀਆ, ਸਨੀ ਜੀ ਜਿਨ੍ਹਾਂ ਨੇ ਫਾਦਰ ਕਾ ਕਰੈਕਟਰ ਕੀਆ, ਚਾਈਲਡ ਆਰਟਿਸਟ ਹੈ ਦ੍ਰਿਸ਼ਟੀ, ਕੁਛ ਜਰਨਲਿਸਟ ਵੀ ਹੈ ਵਿੱਚ ਮੇਂ, ਪੰਕਜ ਖਜੂਰੀਆ ਜੀ, ਸਾਹਿਲ ਅਤਰੀ ਜੀ, ਔਰ ਵੀ ਟੀਮ ਹੈ। ਸਰ, ਇਸਮੇ ਵੀਡੀਓ ਮੇਂ 40+ ਪਰਸਨਸ ਹੈ ਜਿਨ੍ਹਾਂ ਨੇ ਵੀਡੀਓ ਮੇਂ ਕਾਮ ਕੀਆ, ਲੇਕਿਨ ਵੀਡੀਓ ਸੇ ਪੀਛੇ ਬਿਹਾਈਂਡ ਜਿਨ੍ਹਾਂ ਨੇ ਮਿਊਜ਼ਿਕ ਬਣਾਇਆ ਹੈ, ਪੂਰੇ ਆਰਟਿਸਟ ਕੋ ਮਿਲਾ ਕੇ 80+ ਆਰਟਿਸਟ ਹੈ, 80+ ਆਰਟਿਸਟ ਜਿਨ੍ਹਾਂ ਨੇ ਇਸਮੇਂ ਕਾਮ ਕੀਆ। ਅੱਛਾ, ਘਰ ਆ ਜਾਏਗਾ ਸਭ ਆਰਟਿਸਟ? ਨਹੀਂ, ਮੰਮੀ ਪਾਪਾ ਦਾ ਵੀ ਰੋਲ ਹੈ? ਨਹੀਂ, ਮੰਮੀ ਪਾਪਾ ਨੇ ਸਿਰਫ ਪ੍ਰੋਡਿਊਸ ਕੀਆ, ਕਿਉਂਕਿ ਤੇ ਲੈ ਲੈਣਾ ਹਨਾ ਹੁਣੀ ਵੀ? ਨਹੀਂ ਨਹੀਂ, ਘਰ ਆਈ ਟੀਮ ਹੋਈ। ਐਕਚੁਅਲੀ ਮੰਮਾ ਔਰ ਪਾਪਾ ਕੋ ਨਹੀਂ ਹੈ ਸ਼ੌਂਕ, ਲੇਕਿਨ ਮੰਮਾ ਪਾਪਾ ਕੀ ਸਪੋਰਟ ਬੜੀ ਰਹਤੀ ਹੈ ਮੇਰੇ ਸਾਥ, ਹਮੇਸ਼ਾ ਸੇ ਮੰਮੀ ਪਾਪਾ ਕੀ ਸਪੋਰਟ ਹੈ, ਔਰ ਮੈਂ ਥੈਂਕਸ ਟੂ ਮੀਡੀਆ ਵਾਲੋ ਕੋ ਕਰੂੰਗੀ, ਜੰਮੂ ਕੀ ਜਿਤਨੇ ਵੀ ਮੀਡੀਆ, ਜਬ ਸੇ ਮੈਂ ਇਸ ਫੀਲਡ ਮੈਂ ਆਈ ਹੂੰ ਨਾ, ਉਨਕੀ ਬਹੁਤ ਸਪੋਰਟ ਹੈ ਮੇਰੇ ਸਾਥ। ਅੱਛਾ, ਇਹ ਗੀਤ ਕਦੋਂ ਰਿਲੀਜ਼ ਕਰਨਾ? ਇਹ ਹਮ ਨੈਕਸਟ ਵੀਕ ਤੱਕ ਹਮ ਰਿਲੀਜ਼ ਕਰੇ ਇਸਕੋ, ਖੁਆਇਸ਼ ਗੁਪਤਾ ਪ੍ਰੋਡਕਸ਼ਨ ਪਰ। ਅੱਛਾ, ਫਿਲਮ ਆਇਆ ਕਿੱਥੇ ਕਿੱਥੇ? ਇਹ ਹਮਾਰੇ ਜੰਮੂ ਮੇਂ ਸ਼ੂਟ ਕੀਆ ਹਮਨੇ ਇਸਕੋ, ਜਾਨੀਪੁਰ ਲੋਕੇਸ਼ਨ ਹੈ ਵਹਾਂ ਪਰ ਸ਼ੂਟ ਕੀਆ ਹੈ, ਔਰ ਵੀ ਜਗ੍ਹਾ ਜਗ੍ਹਾ ਪਰ ਇਹ ਸ਼ੂਟ ਹੂਆ ਹੈ।
ਡੋਗਰੀ ਦੇ ਗੀਤ ਵੀ ਕੋਈ ਸ਼ੂਟ ਕੀਤੇ? ਹਾਂ, ਡੋਗਰੀ ਕੇ ਵੀ ਕੀ ਹੈ, ਬਹੁਤ ਸੇ ਡੋਗਰੀ ਗਾਣੇ ਵੀ ਕੀ ਹੈ ਮੈਨੇ ਜੰਮੂ ਕੇ, ਲੇਕਿਨ ਆਪਣੇ ਪ੍ਰੋਡਕਸ਼ਨ ਹਾਊਸ ਸੇ ਜਲਦੀ ਹੀ ਹਮ ਖਵਾਇਸ਼ ਖੁਦਾ ਪ੍ਰੋਡਕਸ਼ਨ ਸੇ ਡੋਗਰੀ ਗਾਣਾ ਵੀ ਇੱਕ ਰਿਲੀਜ਼ ਕਰੇਂਗੇ। ਕਿਹੜੀ ਭਾਸ਼ਾ 'ਚ ਤੁਸੀਂ ਕੀ ਮਤਾ ਮਜ਼ਾ ਆਉਂਦਾ ਗੀਤ ਕਰਨਾ? ਮੈਨੂੰ ਤਾਂ ਸਭੀ ਲੈਂਗੁਏਜ ਮੈਂ ਅੱਛਾ ਲੱਗਦਾ ਹੈ, ਜੰਮੂ ਕੀ ਡੋਗਰੀ ਹੋ ਗਈ, ਪੰਜਾਬ ਇੰਡਸਟਰੀ ਹੋ ਗਈ, ਮੈਨੇ ਸਾਊਥ ਕੀ ਵੀ ਮੂਵੀਜ਼ ਕੀ ਹੈ, ਬੋਲੀਵੁੱਡ ਕੀ ਵੀ ਮੂਵੀਜ਼ ਕੀ, ਮੈਨੂੰ ਸਭ ਮੈਂ ਅੱਛਾ ਐਕਸਪੀਰੀਅੰਸ ਰਿਹਾ ਹੈ। ਹੋਰ ਵੀ ਕਲਾਕਾਰ ਸਾਰੇ ਕੰਨਣ ਇਸ ਗੀਤ 'ਚ ਜਿਹਨੇ ਮਾਂ ਦਾ ਰੋਲ ਕੀਤਾ ਦਾ ਉਹ ਵੀ ਸਾਰੇ ਕੰਨਣ, ਇੱਕ ਤਾਂ ਆਪਣਾ ਨਾਮ ਦੱਸੋ। ਨਮਸਕਾਰ, ਜੈ ਡੁੱਗਰ, ਜੈ ਡੋਗਰੀ, ਸ਼ੁਕਰਾਨਾ ਗੁਰੂ ਜੀ। ਮੇਰਾ ਨਾਂ ਹੈ ਈਸ਼ਾ ਅੰਕੁਰ ਬਾਂਬਾ, ਅਤੇ ਜਿਹੜਾ ਖਵਾਇਸ਼ ਗੁਪਤਾ ਪ੍ਰੋਡਕਸ਼ਨ ਕਰਨੇ ਮੇਰਾ ਪਹਿਲਾ ਐਕਸਪੀਰੀਅੰਸ ਆ ਜਿਹੜਾ ਮੈਂ ਕੰਮ ਕੀਤਾ ਦੇ ਕਰਨੇ ਖਵਾਇਸ਼ ਗੁਪਤਾ ਕਰਨੇ, ਅਤੇ ਗੁਰੂ ਜੀ ਉਹਦੇ ਉੱਪਰ ਇਹ ਭਜਨ ਹੈ ਜਿਹੜਾ ਲਿਖਿਆ ਗਿਆ ਅਤੇ ਫਿਲਮਾਇਆ ਗਿਆ, ਅਤੇ ਉਹ 'ਚ ਸਾਡੀ ਚੌਂ ਮਤਲਬ ਕਿ ਸਾਡਾ ਚੌਂ ਦਿਨ ਦਾ ਸ਼ੂਟ ਹਾ ਜਿਹਦੇ 'ਚ ਅਸੀਂ ਕੰਮ ਕੀਤਾ, ਵੱਖ ਵੱਖ ਥਾਰੇ ਅਸੀਂ ਸ਼ੂਟ ਕੀਤਾ ਜਾਈਏ, ਅਤੇ ਜਿਵੇਂ ਕਿ ਖਵਾਇਸ਼ ਨੇ ਆਖਿਆ ਕਿ ਫੈਮਲੀ ਦੇ ਬਿਨਾਂ ਕੁਛ ਨਹੀਂ ਹੋਈ ਸਕਦਾ, ਹੈ ਨਾ, ਅਤੇ ਉਹਦੀ ਉਸੀ ਸਪੋਰਟ ਹੀ ਉਹਦੇ ਪੇਰੈਂਟਸ ਦੀ, ਉਹਦੇ ਮਾਤਾ ਪਿਤਾ ਦੀ, ਅਤੇ ਮੈਨੂੰ ਜਿਹੜੀ ਸਪੋਰਟ ਮਿਲੀ ਉਹ ਮਿਲੀ ਮੇਰੇ ਫਾਦਰ ਇਨ ਲਾਅ ਦੀ, ਮਦਰ ਇਨ ਲਾਅ ਦੀ, ਅਤੇ ਮੇਰੇ ਹਸਬੈਂਡ ਦੀ, ਉਹਨੇ ਮੈਂ ਸਪੋਰਟ ਕੀਤਾ ਅਤੇ ਚੌਂ ਦਿਨਾਂ ਦਾ ਮੈਂ ਸ਼ੂਟ ਕਰੀ ਸਕੀ, ਮੇਰਾ ਲੋਕਾਂ ਜਾਗਤ ਵੀ ਹੈ ਉਸੀ ਛੋੜੀਏ ਮੈਂ ਚੌਂ ਦਿਨਾਂ ਦੇ ਸ਼ੂਟ ਕਰੀ ਆਈ, ਪਰ ਮੇਰਾ ਬੜਾ ਅੱਛਾ ਐਕਸਪੀਰੀਅੰਸ ਰਿਹਾ। ਮੈਂ ਕੱਲ੍ਹ ਕੇ ਇਹਦਾ ਜਿਹੜਾ ਇੱਕ ਲੋਕਾਂ ਹਾਰਾ ਜਿਹੜਾ ਵੀਡੀਓ ਹੈ ਉਹ ਰਿਲੀਜ਼ ਹੋਇਆ, ਅਤੇ ਮੇ ਵੀ ਹੋ ਸਕਦਾ ਇੱਕ ਹਫ਼ਤੇ ਤੱਕ ਇਹਦਾ ਫੁੱਲ ਵੀਡੀਓ ਜਿਹੜਾ ਉਹ ਰਿਲੀਜ਼ ਹੋਈ ਜਾ, ਅਤੇ ਮੇਰੀ ਤੁਹਾਡੇ ਸਭਨੇ ਕਹਿੰਦੇ ਮੈਂ ਬੇਨਤੀ ਕਰਨੀ ਆ ਕਿ ਇਸੀ ਜਿਹੜਾ ਭਜਨ ਹੈ ਗੁਰੂ ਜੀ ਦਾ, ਸ਼ੁਕਰਾਨਾ ਗੁਰੂ ਜੀ ਦਾ, ਮੈਂ ਆਪੂ ਬੜਾ ਮੰਨੀ ਹੋਣੇਗੀ ਗੁਰੂ ਜੀ ਹੋਰੇਗੀ, ਅਤੇ ਉਸੀ ਤੁਸੀਂ ਦੇਖੋ, ਉਸੀ ਮਤਾ ਪਿਆਰ ਦਿਉ, ਜਿੰਨਾ ਹੋ ਸਕੇ ਉਸੀ ਲਾਈਕ ਕਰੋ, ਮਤਾ ਅੱਗੇ ਵਧਾਓ ਕਿ ਅੱਗੇ ਅਸੀਂ ਹੋਰ ਵੀ ਪਿਆਰ ਮਿਲੇ, ਅਤੇ ਖਵਾਇਸ਼ ਗੁਪਤਾ ਪ੍ਰੋਡਕਸ਼ਨ ਜਿਹੜਾ ਮੈਂ ਕੰਮ ਕੀਤਾ ਖਵਾਇਸ਼ ਗੁਪਤਾ ਪ੍ਰੋਡਕਸ਼ਨ ਕਰਨੇ ਮੇਰਾ ਬੜਾ ਅੱਛਾ ਐਕਸਪੀਰੀਅੰਸ ਰਿਹਾ, ਮੈਂ ਕਾਫੀ ਕੁਛ ਸਿੱਖਣੇ ਕੀ ਵੀ ਮੀ ਤੋਂ ਆ, ਅਤੇ ਆਖਦੇ ਨਾ ਲੋਕਾਂ ਕੋਲ ਵੀ ਸਿੱਖਣੇ ਕੀ ਤੁਹਾਡਾ, ਵੱਡੇ ਕੋਲ ਵੀ ਸਿੱਖਣੇ ਕੀ ਤੁਹਾਡਾ, ਅਤੇ ਮੈਂ ਹਰ ਪਾਸੇ ਕੁਛ ਨਾ ਕੁਛ ਸਿੱਖਿਆ ਗਿਆ, ਅਤੇ ਇੱਥੇ ਵੀ ਮੀ ਕਾਫੀ ਕੁਛ ਸਿੱਖਣੇ ਕੀ ਤੁਹਾਡਾ, ਅਤੇ ਅੱਗੇ ਸ਼ਾਇਦ ਹੋ ਸਕਦਾ ਮੈਂ ਹੋਰ ਵੀ ਮਤਾ ਸਿੱਖਾਂ, ਪਰ ਮੈਂ ਇਹ ਆਖਣਾ ਚਾਹਾਂ ਕਿ ਖਵਾਇਸ਼ ਗੁਪਤਾ ਪ੍ਰੋਡਕਸ਼ਨ ਕੀ ਮਤਾ ਪਿਆਰ ਦਿਉ ਕਿ ਹੋਰ ਵੀ ਮਤੇ ਹਾਰੇ ਅੱਛੇ ਅੱਛੇ ਪ੍ਰੋਜੈਕਟ ਲਈ ਆਂਗਣ, ਅਤੇ ਮੈਂ ਦੱਸਣਾ ਚਾਹਾਂ ਕਿ ਜਿਹੜੀ ਇਹ ਜਿਹੜਾ ਭਜਨ ਹੈ ਨਾ, ਇਹਦੇ 'ਚ ਇੱਕ ਗਰੀਬ ਫੈਮਲੀ ਬਾਰੇ 'ਚ ਦੱਸਿਆ ਗਿਆ ਕਿ ਉਹਦੇ ਮਾਤਾ ਪਿਤਾ ਹੁੰਦੇ, ਇੱਕ ਕੁੜੀ ਹੁੰਦੀ ਸੀ ਉਹਦੀ, ਬੜੇ ਗਰੀਬ ਹੁੰਦੇ ਸੀ, ਅਤੇ ਉਹਦੇ ਉੱਪਰ ਗੁਰੂ ਜੀ ਦੀ ਕਿੰਨੀ ਕਿਰਪਾ ਆਈ, ਕਿੰਨਾ ਗੁਰੂ ਜੀ ਉਹਦੇ ਆਪਣੀ ਕਿਰਪਾ ਕੀਤੀ ਅਤੇ ਉਹਦੀ ਜਿਹੜੀ ਬੇੜੀ ਉਹ ਪਾਰ ਲਾਈ, ਅਤੇ ਉਹਨੇਗੀ ਦੁੱਖੇ ਸ਼ਾਹ ਬਾਹਰ ਕੱਢਿਆ, ਅਤੇ ਇੰਨਾ ਕਿ ਮੈਂ ਆਖਣਾ ਚਾਹਾਂ ਤੁਸੀਂ ਕੀ ਵੀ ਜੰਮੂ ਆ ਰਹੇ ਹੋ, ਮਤਾ ਮਤਾ ਪਿਆਰ ਦਿਉ ਇਸ ਵੀਡੀਓ ਕੀ, ਜਿੰਨਾ ਹੋ ਸਕਦਾ ਸੀ ਪਸੰਦ ਕਰੋ, ਅਤੇ ਅਸੀਂ ਕੀ ਸਪੋਰਟ ਕਰੋ ਪੂਰਾ ਪੂਰਾ। ਨਮਸਕਾਰ, ਜਿਸ ਬੱਚੇ ਨੇ ਇਸੀ ਗਾਏ ਦਾ ਹੈ ਉਹ ਵੀ ਸਾਰੇ ਕੰਨਾਂ, ਅਤੇ ਇਹ ਪਹਿਲਾ ਗੀਤ ਗਾਇਆ ਤੁਸੀਂ? ਹਾਂਜੀ, ਜੈ ਗੁਰੂ ਜੀ, ਜੈ ਮਾਤਾ ਦੀ, ਮੇਰਾ ਨਾਮ ਦੇਵੰਸ਼ ਗੁਪਤਾ ਹੈ, ਇਹ ਮੇਰਾ ਫਸਟ ਸੌਂਗ ਥਾ, ਡਿਵੋਸ਼ਨਲ ਸੌਂਗ। ਅੱਛਾ, ਕੁਤੂ ਸਿੱਖਿਆ ਜਾਂ ਇੰਨਾ ਗਾਣਾ ਸ਼ੁਰੂ ਕਰਿਆ? ਨਹੀਂ ਨਹੀਂ, ਮੈਨੇ ਕਹੀ ਸੀ ਸਿੱਖਾ ਨਹੀਂ ਹੈ, ਐਕਚੁਲੀ ਇਹ ਮੇਰੀ ਹੋਬੀ ਥੀ, ਐਸੇ ਮੇਰਾ ਏਮ ਸਾਇੰਟਿਸਟ ਬਣਨੇ ਕਾ, ਤੋ ਮੈਨੇ ਕਹੀ ਸੀ ਸਿੱਖਾ ਵਿਖਾ ਨਹੀਂ ਤਾਂ ਬਸ ਥੋੜ੍ਹਾ ਸਾ ਆਤਾ ਥਾ। ਪੜ੍ਹਦੇ ਹੋ? ਮੈਂ 9th ਕਲਾਸ ਮੈਂ ਪੜ੍ਹਤਾ ਹੂੰ। ਅੱਛਾ, ਤੋ ਜਿਸ ਵੇਲੇ ਤੁਸੀਂ ਪਹਿਲਾ ਗੀਤ ਗਾਣਾ ਸ਼ੁਰੂ ਕੀਤਾ, ਕੀ ਕਿ ਗੀਤ ਜਿਹੜਾ ਉਹ ਸਾਜ਼ ਉੱਪਰ ਗਾਣੇ ਪਾਉਂਦਾ, ਤਾਂ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ? ਨਹੀਂ, ਮੈਂ ਕੱਟ ਤਾਂ ਨਹੀਂ ਮਾਤੇ ਹੋਏ ਵਿੱਚ? ਐਕਚੁਲੀ ਜਬ ਮੈਂ 8-9 ਸਾਲ ਕਾ ਥਾ, ਤਬ ਸੇ ਮੁਝੇ ਭਜਨ ਗਾਣੇ ਕੇ ਮਤਲਬ ਕਾਫੀ ਸ਼ੌਕ ਥੇ, ਮਤਲਬ ਮਾਤਾ ਰਾਣੀ ਕਾ ਥਾ ਕਾਫੀ, ਤੋ ਮੈਂ ਤਬ ਸੇ ਗਾਤੇ ਰਹਿਤਾ ਥਾ, ਤੋ ਅਭੀ ਬਹੁਤ ਮਤਲਬ ਮਾਤਾ ਰਾਣੀ ਕੇ ਆਸ਼ੀਰਵਾਦ ਸੇ, ਗੁਰੂ ਜੀ ਕੇ ਆਸ਼ੀਰਵਾਦ ਸੇ ਇਹ ਨਿਕਲ ਰਿਹਾ ਭਜਨ, ਤੋ ਸਭ ਸੇ ਪਹਿਲੇ ਮੈਂ ਥੈਂਕ ਯੂ ਕਰੂੰਗਾ ਗੁਰੂ ਜੀ ਕਾ, ਮਾਤਾ ਰਾਣੀ ਕਾ, ਔਰ ਮੰਮਾ ਪਾਪਾ ਔਰ ਦੀਦੀ ਕਾ, ਔਰ ਸਭ ਸੇ ਬੜਾ ਥੈਂਕਸ ਮੈਂ ਛੋਟੀ ਵੀ ਔਰ ਧੀਰਜ ਵੀ ਕਰੂੰਗਾ, ਕਿਉਂਕਿ ਉਹਨਾਂ ਨੇ ਮੁਝੇ ਮਤਲਬ ਸਮਝਾਇਆ ਕੈਸੇ ਗਾਣਾ ਹੈ, ਮਤਲਬ ਮੈਂ ਤਾਂ ਪ੍ਰੋਫੈਸ਼ਨਲ ਨਹੀਂ ਹੂੰ, ਮੈਂ ਸਿੱਧਾ ਬਤਾਤਾ ਮੈਂ ਪ੍ਰੋਫੈਸ਼ਨਲ ਨਹੀਂ ਹੂੰ, ਉਹਨਾਂ ਨੇ ਮੁਝੇ ਮਤਲਬ ਅੱਛੀ ਤਰ੍ਹਾਂ ਸੇ ਬਤਾਇਆ ਕਿ ਕੈਸੇ ਗਾਣਾ ਹੈ, ਸਭ ਕੁਛ ਉਹਨਾਂ ਨੇ ਕੀਤਾ, ਤਾਂ ਸਭ ਕੋ ਮੈਂ ਥੈਂਕ ਯੂ ਕਰਤਾ ਹੂੰ। ਅਬ ਸਾਇੰਟਿਸਟ ਬਣਨਾ ਚਾਹਤੇ ਹੋ ਜਾਂ ਗਾਇਕ? ਸਾਇੰਟਿਸਟ ਬਣਨਾ ਚਾਹਤਾ ਹੂੰ ਮੈਂ। ਗਾਇਕ ਕਿਉਂ? ਐਸੇ ਮੇਰਾ ਏਮ ਹੈ, ਇੱਕ ਹੋਬੀ ਥੀ, ਮੈਂ ਕਿਉਂਕਿ ਸਿੰਗਿੰਗ ਕਰੂੰ, ਮੈਂ ਸਾਇੰਟਿਸਟ ਬਣ ਕੇ ਪੂਰੇ ਭਾਰਤ ਕਾ ਨਾਮ ਰੋਸ਼ਨ ਕਰਨਾ ਚਾਹਤਾ, ਇਸ ਲਈ ਸਾਇੰਟਿਸਟ ਬਣਨਾ ਚਾਹਤਾ ਹੂੰ ਮੈਂ। ਸਾਇੰਟਿਸਟ ਬਣਨਾ ਚਾਹੁੰਦੇ ਨੇ ਔਰ ਪੂਰੇ ਭਾਰਤ ਦਾ ਜਿਹੜਾ ਨਾਂ ਆ ਉਹ ਰੋਸ਼ਨ ਕਰਨਾ ਚਾਹੁੰਦੇ ਨੇ, ਬੜਾ ਅੱਛਾ ਭਜਨ ਹੈ ਔਰ ਬੜੀ ਅੱਛੇ ਤਰੀਕੇ ਕੰਨੇ ਇਸੀ ਫਿਲਮਾਇਆ ਗਿਆ ਹੈ। ਤੁਸੀਂ ਸਭ ਨੇ ਖਵਾਇਸ਼ ਗੁਪਤਾ ਪ੍ਰੋਡਕਸ਼ਨ ਜਿਹੜੀ ਹੈ
ਇਹਦੀ ਸਪੋਰਟ ਕਰਨੀ, ਇਹਦੀ ਮਦਦ ਕਰਨੀ, ਵੱਧ ਕੋਲਾ ਵੱਧ ਇਸ ਗੀਤਾ ਕੀ ਦੇਖਣਾ ਔਰ ਸ਼ੇਅਰ ਕਰਨਾ, ਤਾਂ ਕਿ ਇਹਨੇ ਬੱਚਿਆਂ ਦਾ ਜਿਹੜੀ ਹੌਸਲਾ ਅਫਜਾਈ ਹੈ ਉਹ ਹੈ।